डैडी जी का नंबर है। डैडी जी मैनू डैड हुने तो ही डैडी जी। तुसी फोन कर रहे हो कि नहीं? आपां तुहाडी गल मुड़ी है कदे लाइन डेड पई होवे तां वी करूंगा। क्यों बे काका कर दें फिर फोन? कर दो जी देखी जाऊगी। 98 152 92359। अच्छा हेलो टिल्लों स्पीकिंग। सत श्री अकाल टिल्लों साहब। सत श्री अकाल मैं हरजीत सिंह गरेवाल बोल रहा जी गिल्लां तो गरेवाल। हाँ जी फरमाओ। मैं अपने बेटे दे रिश्ते लिए तुहानू मिलना चाहुंदा सी जी। मोस्ट वेलकम जी एनी टाइम आओ हैं इफ यू डोंट माइंड। दसोंगे अपना काका करदा की है? करोड़ करोड़ नू किला होया पे 50 किले जमीन है कल्ला कल्ला मुंडा है। तुसी पूछदे हो काका करता की है? गरेवाल साहब वैसे तो तुसी कदे भी आओ पर डोंट माइंड मैं अपनी धी लई कोई NRI मुंडा लभ रहा। की गल टिल्लों साहब पंजाब दे मुंडे गैस ते चलदे है बई इत्थे नहीं व्याउणा धी नू। तुसी मेरी बेइज्जती कर रहे हो गरेवाल साहब। बेइज्जती तां तुसी सारे पंजाब दी करी जांदे हो टिल्लों साहब। मैं घर दा दर नहीं खोलिया तुसी मेरे कोठे ते धुप सेकण नू फिरदे हो। मेरी धी है मैं जिथे मर्जी व्यावां। मैनू तां तुहाडी गल दी समझ नहीं आई टिल्लों साहब। लोके खानदान वेखदे है मुंडा वेखदे है तुसी सिर्फ NRI दे पिछे पए हो। माफ करना मैनू कोई खुशी नहीं हुई तुहाडे नाल गल करके। मैनू भी कोई बाला चा नहीं चढ़िया गरेवाल साहब। चंगा होगा आपां गल इत्थे ही मुका दईए। गल खत्म करन नू कोई मंत्र पढ़ने है? डैड आ फोन बंद कर दे आपे गल बंद होगी। ओ गल तां खत्म ही है अगे तो गलती नाल भी मैनू फोन ना मिला लियो किते। ਤੁਸੀਂ ਤਾਂ ਫਾੜ ਕਰਕੇ ਮਾਰ ਦਿਓ ਅਗਲੇ ਦੇ ਸਿਰ ਤੇ। ਇਹ ਕੋਈ ਤਰੀਕਾ ਹੈ ਗੱਲ ਕਰਨ ਦਾ? ਕੀ ਸਿਖਾਵਾਂ ਤੁਹਾਨੂੰ? ਸੌਰੀ ਪੁੱਤ ਮੈਂ ਤੇਰੇ ਆਖਣ ਤੇ ਉਹਦੇ ਨਾਲ ਗੱਲ ਤਾਂ ਕਰ ਲਈ ਪਰ ਇਹ ਢਿੱਲੋਂ ਬਹੁਤ ਟੇਟਾ ਬੰਦਾ ਲੱਗਿਆ ਮੈਨੂੰ। ਤੂੰ ਉਸ ਕੁੜੀ ਨੂੰ ਭੁੱਲ ਜਾ ਡੈਡ ਆਪਾਂ ਕੋਈ ਹੋਰ ਰਿਸ਼ਤਾ ਲੱਭਾਂਗੇ। ਨਾ ਉਹ ਹੁੰਦਾ ਕੌਣ ਹੈ ਮੈਨੂੰ ਮੱਤ ਦੇਣ ਵਾਲਾ? ਮੈਂ ਆਪਣੀ ਕੁੜੀ ਬਾਹਰ ਭੇਜਣੀ ਹੈ। ਬਾਹਰਲੇ ਬੰਦੇ ਐ ਗੱਲ ਕਰਦੇ ਆ ਕਿਤੇ? ਨਾ ਇੰਨੇ ਮਾੜੇ ਵੀ ਨਹੀਂ ਸਾਡੇ ਲੋਕ। ਤੂੰ ਰਹਿਣ ਦੇ ਵਕਾਲਤ ਕਰਨ ਨੂੰ। ਮੈਂ 2 ਸਾਲ ਜਰਮਨ ਰਹਿ ਕੇ ਬਹੁਤ ਕੁਝ ਦੇਖ ਲਿਆ। ਜਿਉਣ ਦਾ ਸਲੀਕਾ ਤਾਂ ਸਿਰਫ ਬਾਹਰਲਿਆਂ ਨੂੰ ਹੈ। ਮੇਰੀ ਪ੍ਰੋਬਲਮ ਦਾ ਕੀ ਬਣੂ? ਉਹਦਾ ਹੱਲ ਹੈਗਾ ਆਪਣੇ ਕੋਲ। ਕੀ? ਭੁੱਲ ਜਾ ਉਹਨੂੰ। ਧਰ ਫਿੱਟੇ ਮੂੰਹ ਕਿਹੋ ਜਿਹਾ ਬੰਦਾ ਹੈ ਤੂੰ? ਕਦੇ ਪਿਆਰ ਨਹੀਂ ਕੀਤਾ ਤੈਂ? ਦਿਲ ਆ ਗਿਆ ਮੇਰਾ ਉਹਤੇ। ਤੁਹਾਡਾ ਤਾਂ ਦਿਲ ਆ ਗਿਆ ਭਾਈ ਸਾਹਿਬ ਪਰ ਉਹਦੇ ਪਿਓ ਨੂੰ NRI ਚਾਹੀਦਾ ਤੇ ਉਹ ਤੂੰ ਹੈ ਨਹੀਂ। ਸੋ ਇਸ ਕਰਕੇ ਤੇਰੀ ਲਵ ਸਟੋਰੀ ਦਾ ਤਾਂ ਇੱਥੇ ਦੀ ਐਂਡ ਹੋ ਜਾਂਦਾ ਕਾਕਾ ਜੀ। ਐ ਕਿਵੇਂ ਦੀ ਐਂਡ ਹੋ ਜਾਂਦਾ? ਮੇਰੀ ਜ਼ਿੰਦਗੀ ਦਾ ਤਾਂ ਹੁਣ ਇੱਕੋ ਹੀ ਮਕਸਦ ਹੈ ਦਿਸ਼ਾ ਨੂੰ ਹਾਸਲ ਕਰਨਾ। ਓਏ ਹੋਏ ਦਿਲ ਨੂੰ ਹੀ ਲਾ ਗਿਆ ਤੂੰ ਤੇ ਸ਼ੇਰਾ। ਜੇ ਐਡੀ ਗੱਲ ਹੈ ਫਿਰ ਕੀ ਮਸਲਾ? ਹਾਂ ਬਣ ਜਾ NRI। ਤੇਰਾ ਮਤਲਬ ਹੈ ਪਹਿਲਾਂ ਮੈਂ ਬਾਹਰ ਜਾਵਾਂ ਉੱਥੇ ਸੈਟਲ ਹੋਵਾਂ ਫਿਰ ਵਾਪਸ ਆਵਾਂ? ਉਨੇ ਚਿਰ ਚ ਉਹਦੇ ਬੁੜੇ ਨੇ ਉਹਨੂੰ ਤੋੜ ਦੇਣਾ ਕਿਸੇ ਮਸਕਟ ਵਾਲੇ ਨਾਲ। ਕਾਕਾ ਜੀ ਮੈਂ ਤੁਹਾਨੂੰ NRI ਹੋਣ ਵਾਸਤੇ ਨਹੀਂ ਸਿਰਫ ਬਣਨ ਵਾਸਤੇ ਕਹਿ ਰਿਹਾ। ਟ੍ਰਾਈ ਟੂ ਅੰਡਰਸਟੈਂਡ ਵਾਟ ਆਈ ਮੀਨ ਟੂ ਸੇ। ਕਿਉਂ ਛਿੱਤਰ ਪਾਉਣ ਵਾਲੀ ਗੱਲ ਕਰਦਾ? ਬੱਲੇ ਕਰਨੀਆਂ ਮੁਹੱਬਤਾਂ ਤੇ ਡਰਨਾ ਛਿੱਤਰਾਂ ਤੋਂ। ਵਾਹ ਜਾਲੀ ਬਣ ਕੇ ਕਿੰਨਾ ਕੁ ਚਿਰ ਰਹਿ ਲਾਂਗੇ? ਜਦ ਤੱਕ ਬਾਪੂ ਨਹੀਂ ਮੰਨਦਾ ਉਹਦਾ ਹੋਰ ਕੀ। ਜਦੋਂ ਬਾਅਦ ਚ ਪਤਾ ਲੱਗਿਆ ਫਿਰ? ਫਿਰ ਕੀ ਆ ਉਹ ਕੁੜੀ ਨੂੰ ਆਪ ਹੀ ਤੂੰ ਕਹਿ ਦੇਈਂ ਯਾਰ ਬਈ ਤੈਨੂੰ ਹਾਸਲ ਕਰਨ ਵਾਸਤੇ ਡਰਾਮਾ ਕਰਨਾ ਪਿਆ ਉਦਾਂ ਤੇਰੇ ਡੈਡੀ ਨੇ ਨਹੀਂ ਸੀ ਮੰਨਣਾ। ਕੁੜੀ ਨੇ ਲਾਪਾ ਕਰਕੇ ਟੱਕਰ ਦੇਣਾ ਹੈ ਇੰਨਾ ਸੌਖਾ ਨਹੀਂ ਹੁੰਦਾ। ਯੈਸ ਇੱਥੇ ਤੂੰ ਰਹੋਂਗਾ। ਦਰਅਸਲ ਕਾਕਾ ਜਿਹੜਾ ਇਸ਼ਕ ਦਾ ਮਹਾਰੋਗ ਹੁੰਦਾ ਨਾ ਇਹ ਜਦੋਂ ਇੱਕ ਵਾਰੀ ਲੱਗ ਜੇ ਨਾ ਇਹਦਾ ਦੁਨੀਆ 'ਚ ਇਲਾਜ ਹੀ ਕੋਈ ਨਹੀਂ। ਪੇਸ਼ੈਂਟ ਨੂੰ ਜਿੱਥੇ ਮਰਜ਼ੀ ਲੈ ਜਾਓ ਬਸ ਇੱਕ ਵਾਰੀ ਮਿੱਠੀਆਂ ਮਿੱਠੀਆਂ ਜੀਆਂ ਮਾਰ ਕੇ ਨਾ ਉਹਨੂੰ ਜਾਨੂੰ ਜਾਨੂੰ ਤੇ ਲਿਆ। ਜਦੋਂ ਇੱਕ ਵਾਰੀ ਉਹਨੇ ਕਹਿ ਤਾ ਨਾ ਜਾਨੂੰ ਫਿਰ ਘਰਦਿਆਂ ਨੂੰ ਆਪ ਹੀ ਕਹੂਗੀ ਮੈਂ ਨਾ ਮਾਨੂੰ। ਹੋਰ ਕੋਈ ਹਿੱਲਾ ਨਹੀਂ ਹੈਗਾ ਜਿਹੜਾ ਪਹਿਲਾਂ ਦੱਸਿਆ ਸੀ ਤੈਨੂੰ? ਭੁੱਲ ਜਾ ਉਹਨੂੰ। ਹੁਣ ਤਾਂ ਬੀਬੀ ਮੈਮਰੀ ਕਾਰਡ 'ਚ ਫੀਡ ਹੋ ਚੁੱਕੀ ਹੈ ਹੁਣ ਨਹੀਂ ਨਿਕਲ ਸਕਦੀ। ਬਸ ਠੀਕ ਹੈ ਫਿਰ ਫਿਰ ਕਿਹੜੀ ਗੱਲ ਫਿਰ ਪਾ ਦੇ ਰੌਲਾ ਦੱਸ ਦੇ ਦੁਨੀਆ ਨੂੰ ਕਿ ਅੱਜ ਦੀ ਮੰਡੀਰ 'ਚ ਵੀ ਕਮਿਟਮੈਂਟ ਹੈਗੀ ਹੈ। ਔਰ ਰਾਂਝੇ ਨੇ ਹੀਰ ਵਾਸਤੇ 12 ਸਾਲ ਮੱਝਾਂ ਚਾਰੀਆਂ ਤੂੰ ਤੇ ਘੜੀ ਦੀ ਘੜੀ ਹੀਰ ਦਾ ਡੈਡੀ ਚਾਰਨਾ ਬਸ। ਡਰ ਜਿਹਾ ਲੱਗਦਾ ਪਰ ਕੋਈ ਗੱਲ ਨਹੀਂ ਦੇਖੀ ਜਾਓ ਚੱਲ ਖਿੱਚ ਤਿਆਰੀ। ਖਿੱਚ ਤਿਆਰੀ ਦਾ ਕੀ ਮਤਲਬ ਬਈ? ਤਿਆਰੀ ਤੂੰ ਖਿੱਚਣੀ ਹੈ ਭਾਈ ਸਾਹਿਬ ਦੈਟਸ ਯੂਅਰ ਜੌਬ। ਵੀਰੇ ਤੂੰ ਇਸ ਫਿਲਮ ਦਾ ਡਾਇਰੈਕਟਰ ਹੈ ਜੇ ਕੁਝ ਗਲਤ ਹੋਇਆ ਤਾਂ ਤੂੰ ਹੀ ਸਾਂਭੇਂਗਾ ਨਾ।
नहीं खैर सांस सुन तो लेंदा हुंदा मैं, एड्डी तो गल कोई नहीं, पर यह भी मैं शुरू शुरू नाल रहूंगा, फिर मैं फिल्म शुरू करा के आ जाना, एंड तई तू आप लैके जाना फिल्म नू। ठीक है पर तेरी फिल्म दा हीरो है केड़ी कंट्री दा? ओ जे किदा फिर केड़ी मर्जी कंट्री दा होवे, किदे सारे सेम ही हुंदे आ। किदे गॉड है, किदे ग्रेट है। लंडन बारे बहुत ही टेंशन नहीं लैनी, सुई साउथ हॉल ते रखनी है। लंडन च ना मैं दो तीन मोटिया मोटिया चीजा, एक याद रखी तू उत्थे लंडन ब्रिज, एक याद रखना अपना बिग बैन वड्डा सारा घंटाघर है, एक तू लंडन आई याद रख। लंडन आई की? लंडन आई जिदा अपने पिंडा च नहीं लक्कड़ दा झूला हुंदा, गोरे ने बहुत वड्डा सारा लोहे दा लवाया होया उत्थे। चल तू दफा कर। बाकी पिकार्डली सर्कस? पिकार्डली सर्कस सर मतलब ओदा बड़ा जिक्र जुगर नहीं, ओदा करना पा था गंदे मंदे जे शो हुंदे उत्थे, पंजाबी जांदे बहुत देखण पर आपां नहीं जांदे, साडे नंबर डाउन हुंदे अपने। ओके साउथ हॉल बारे होर कुछ? और बस तू सिंपल ये याद रखना भी आपां ग्लासी जंक्शन ते शाम नूं बैठ के ग्लासी खड़काई दी है, पार्क एवेन्यू च विसाखी दा मेला वेखण जाईदा, ते जलेबी जंक्शन ते बैठ के खाई पीवी दा, बाकी जिथे अड जावे बस वड्डे गुरुद्वारे ते आ जाणा जी। वड्डे गुरुद्वारे बहुत जाईदा जी आपां, बस इदों बाहर नहीं जाणा, इदों बाहर गए सीधे अंदर आ फिर आपां, बस फिर बण गई गल। गोडिया बाकी आपां डिस्क नहीं गोल्फ खेडी जाणी, साडा फोन तां आफ्टरनून च मीन दसी जांदा। फिर की करांगे, तुहाडी सेवा करांगे। चुप करो जी, सवेरे ही शुरू हो जाने हो। चाचा जी करेले दा जूस। आ टेस्ट जे करा के मैं ता पंगा ही ले लिया, पता नहीं की पियोंगे। चुप करके पी लो। तुहानू किन्ने वारी आख्या मैं चंगा पला, पावे मिट्टी दी ट्राली लो आके वेख लो कई नाल। चाचा जी हुन तोड़ी नहीं डॉक्टर दी चलनी है, चुपचाप पी लो। चंगा भाई पी लेने। और नाले रविंदर नु आवाज मार दी सरदारनी दे लाड़ने नु। गरीवाल साहब मेरी कली का तो लाडला नहीं ना, काली का दिए आजूगा। ओए आहो उन्हें केड़ा दफ्तर जाना है। गुड मॉर्निंग मॉम। गुड मॉर्निंग बेटा। हां जी डैड गुड मॉर्निंग। ले आ भी चन्नो परांठे छोटे ले आ, नाले मक्खन भी ले आई। डैड तुसी ता पाओ अपनी कॉलेज कंद मूल, सवेरे सवेरे पियो ते तवा। तुसी नहीं लैसे मेते कहंदे इन्हें केड़ा दफ्तर जाना। बोलो हुण चुप क्यों करके बोलण के की, इन्हां सानू काम करन जोगा छड्डे ही नहीं, इन्ना बनाता कि चार पुश्ता भी बह के खाई जान ता नहीं मुकदा। ओ ऐश कर ओए पियो दे सिर ते। ऐश ता फुल करी दिया जी थोड़े सिर ते, डक्का तोड़ना नहीं नक्का मोड़ना नहीं। ओए किसे बाहरले मुल्क दा ही गेड़ा छेड़ा मारिया, क्यों जावा है नहीं। आह परौंठे परौंठे बना बना कौन खवाऊगा बाहर प्यारे नू, तुहानू नहीं मिलदा, तुसी अपने कॉर्नफ्लेक्स खाओ। हां पोली दस की बनिया? जिथे रुपिंदर दे साग दी गल तोरी सी ना, हाँ? उथे गल नहीं बननी, ओ ता मासी एनआरआई मुंडा पाल दे है। हद हो गई, आप ता कदी मोगा नहीं टप्पे ते कुड़ी ले मुंडा पाल दे ने एनआरआई, जवाब दे दे साडे वल्लो, मैं नहीं ल्याउणा मुंडा उथे। वड्डे आए किदा सी अज तक जेनू देखो उनू बाहर दा बुखार चढ़िया होया, कहंदे ने मुंडा एनआरआई चाहिदा है। क्यों पंजाब दे मुंडे नू खुरक पई वी है? राइट पेड़ा नू जुकाम हो गया, मेरे मुंडे नू ना कह के उन्होंने अपनी किस्मत नू ताला हमेशा लई ला लिया। मेरा मुंडा चाहे ता 50 एनआरआई दो एम्प्लॉई रख ले है ना। क्यों है? मैं क्या दासी जे तू बाहर गया हुंदा ता कुड़ियां वाले तेरे मगर मगर तुरे फिरदे। डैड है थोड़ा किसी कुड़ी नाल भी ब्याह करा सकदे, मैं तो उस कुड़ी नाल ब्याह कराऊंगा जिन्हों मैं वेखा ते देखी होए तोते उड़ जाने। ओए ध्यान नाल पुत, ए तोते उड़ाउण वालियां ना बंदे नू तोता बना के पिंजरे च डक लेनी है। अच्छा व्हाट डू यू मीन, की मतलब है? थोड़ा मतलब है कि मॉम ने तुहानू पिंजरे च पा के रखा है? ओ मैं थोड़ी आख्या यार, है एक तो तुहाडा सारा टाइम ख्याल रखदी, उपरो मैनू इहो जिहियां गल्लां सुणाउंदे हो। लै दस करो जी। मैं नहीं तेरा ख्याल रखदा, मेरी ये तोतीए। बेटा किथे जा रहा? इन सर्च ऑफ तोते उड़ाउण वाली। गुड लक। चाचा जी गन पाइने गोली। मैं नहीं गोली खानी। लैनी पैनी है। पिंजरे च बंद करके रखा। खाओ गोली।
जीत जगाड़ी ये की सप कड़ रहे हैं। ओ हेलो मिस्टर, पहला तुसी आ फॉर्म फिल करो, फिर थोनू मिलावांगी सर नाल। सर होगा तेरा, मेरा तैयार है। ओ बल्ले बल्ले, कल्ले कल्ले बना रहा जोड़ा। हाथ मिला, हाथ में भी छाते पतंदरा तो जबी बा। गुड टू सी यू आफ्टर सो लॉन्ग बड़ी। बाला जगाड़ ले, वेख ला लगियां राउंड कांगनी पूरियां। हां ओहो हां की है सीधा ओबामा मेनू पे गया। ये नकली है ना? ना ना बिल्कुल असली ओबामा है। आपा ही नकलियां भेजे। ए देख भी जिहड़ी यूनिवर्सिटीज ने ते कागजां ते लेके डिग्रियां देंदियां, असली करियर ते आपा बनाईदा, ओ भी डालरां ते पौंडां दे विच। इहनू कहिंदे नाले पुन्न ते नाले फलियां। नहीं गोल्फ खेडी जाणी, साडा फोन तां आफ्टरनून च मीन दसी जांदा है। फिर की करांगे, तुहाडी सेवा करांगे। चुप करो जी, सवेरे ही शुरू हो जांदे हो। चाचा जी करेले दा जूस। आ टेस्ट जे करा के मैं तां पंगा ही ले लिया, पता नहीं की पिआउणगे। चुप करके पी लो। तुहानूं किन्ने वारी आख्या मैं चंगा पलां, ਪਾਵੇਂ ਮਿੱਟੀ ਦੀ ਟਰਾਲੀ ਲਵਾ ਕੇ ਵੇਖ ਲੋ ਕਈ ਨਾਲ। ਚਾਚਾ ਜੀ ਹੁਣ ਤੁਹਾਡੀ ਨਹੀਂ, ਡਾਕਟਰ ਦੀ ਚਲਣੀ ਹੈ, ਚੁੱਪ ਚਾਪ ਪੀ ਲੋ। ਚੰਗਾ ਭਾਈ ਪੀ ਲੈਣੇ। ਔਰ ਨਾਲੇ ਰਪਿੰਦਰ ਨੂੰ ਆਵਾਜ਼ ਮਾਰਦੀ ਸਰਦਾਰਨੀ ਦੇ ਲਾੜਨੇ ਨੂੰ। ਗਰੇਵਾਲ ਸਾਹਿਬ ਮੇਰੀ ਕੱਲੀ ਦਾ ਤਾਂ ਲਾੜਲਾ ਨਹੀਂ ਨਾ, ਉਹ ਕਾਲੀ ਕਾਦੀ ਹੈ, ਆਜੂਗਾ। ਓਏ ਆਹੋ ਉਹਨੇ ਕਿਹੜਾ ਦਫ਼ਤਰ ਜਾਣਾ ਹੈ? ਗੁੱਡ ਮਾਰਨਿੰਗ ਮਾਮ। ਗੁੱਡ ਮਾਰਨਿੰਗ ਬੇਟਾ। ਹਾਂਜੀ ਡੈਡ, ਗੁੱਡ ਮਾਰਨਿੰਗ। ਲੈ ਆ ਵੀ ਜੰਨੋ ਪਰਾਂਠੇ ਛੋਟੇ ਲਿਆ, ਨਾਲੇ ਮੱਖਣ ਵੀ ਲੈ ਆਈ। ਡੈਡ ਤੁਸੀਂ ਤਾਂ ਪਾਓ ਆਪਣੀ ਕੌਲੀ ਚ ਕੰਦ ਮੂਲ। ਸਵੇਰੇ ਸਵੇਰੇ ਪਿਓ ਤੇ ਤਵਾ। ਤੁਸੀਂ ਨਹੀਂ ਲੈ ਸੀ ਮੇਤੇ, ਕਹਿੰਦੇ ਇਹਨੇ ਕਿਹੜਾ ਦਫ਼ਤਰ ਜਾਣਾ। ਬੋਲੋ ਹੁਣ, ਚੁੱਪ ਕਿਉਂ ਕਰਕੇ? ਬੋਲਣਗੇ ਕੀ, ਇਹਨਾਂ ਨੇ ਸਾਨੂੰ ਕੰਮ ਕਰਨ ਜੋਗਾ ਛੱਡਿਆ ਹੀ ਨਹੀਂ, ਇੰਨਾ ਬਣਾਤਾ ਕਿ ਚਾਰ। ਹੈਲੋ ਕਿੱਧਰ ਨਿਕਲ ਗਿਆ ਜਵਾਨਾਂ, ਬਾਇਰ ਹੀ ਹੋ ਗਏ। ਆ ਕਾਫੀ ਗਰਮਾ ਗਰਮ ਆਈ ਸੀ, ਕੋਲਡ ਡਰਿੰਕ ਬਣਾ ਲਈ। ਤੋਤੇ ਉੱਡ ਗਿਆ ਬਈ, ਇੰਨੇ ਸਾਲਾਂ ਦੇ ਜਿਹਨੂੰ ਲੱਭਦਾ ਸੀ ਉਹ ਲੱਭ ਗਈ। ਅੱਛਾ ਲਿਆ ਸੀ ਵੀ, ਦੇਖੀ ਕਿਹੜੀ ਹੋਰ ਪਰੀ ਹੈ ਜਿਹਨੇ ਸਾਡੇ ਯਾਰ ਦੇ ਤੋਤੇ ਉਡਾ। ਲੈ ਉਹ ਇਹ ਤਾਂ ਦੇਸਣ ਹੈ, ਇੱਧਰ ਲਈ। ਫਿਰ ਤਾਂ ਬਣ ਗਈ ਗੱਲ। ਰੇਸ ਤੋਂ ਪੈਰ ਚੱਕ, ਬ੍ਰੇਕ ਲਾ, ਇੰਜਨ ਠੰਡਾ ਰੱਖ। ਕੱਕ ਕਿਉਂ ਕਦੇ ਤਾਂ ਸਿੱਧੇ ਰਾਹ ਤੁਰ ਪਿਆ ਕਰ। ਕਾਲਜ ਵੀ ਨਾਨ ਮੈਡੀਕਲ ਨਾਲ ਪੰਗਾ ਲੈ ਲਿਆ ਸੀ, ਮੁੜ ਕੇ ਸਪਲੀਆਂ ਦਿੰਦਾ ਰਹਿ ਗਿਆ ਸੀ ਨਾ। ਆ ਫਿਰ ਗਲਤ ਚੀਜ਼ ਤੇ ਹੱਥ ਰੱਖੀ ਜਾਂਦਾ। ਉਹ ਪਹਿਲੀ ਵਾਰੀ ਕਿਸੇ ਸਹੀ ਚੀਜ਼ ਨੂੰ ਹੱਥ ਲਾਇਆ, ਤੂੰ ਗਲਤ ਰੱਖੀ ਜਾਂਦਾ। ਉਹ ਭਾਈ ਇਹਦਾ ਪਿਓ ਨਾ ਆਪਣੀ ਕੁੜੀ ਕਿਸੇ NRI ਮੰਗਤੇ ਨਾਲ ਵਿਆਹ ਦੂਗਾ, ਇੱਧਰਲੇ ਰਾਜੇ ਨੂੰ ਵੀ ਨਾ। ਉਹ ਐਡੀ ਕਿਹੜੀ ਗੱਲ ਹੈ, ਤੂੰ ਇਹਦਾ ਨਾਂ ਟਿਕਾਣਾ ਦੇ ਮੈਨੂੰ, ਮੈਂ ਦੇਖਦਾ। ਚੱਲ ਭਾਈ ਜੇ ਇੰਨਾ ਹੀ ਪਿੱਛੇ ਪੈ ਗਏ, ਫਿਰ ਨਾਂ ਪਤਾ ਵੀ ਪਿੱਛੇ ਲਿਖਿਆ ਹੋਇਆ ਤਾਂ ਚੱਕ ਲਓ। ਦਿਸ਼ਾ ਢਿੱਲੋਂ, ਡਾਕਟਰ ਦਿਲੀਪ ਸਿੰਘ ਢਿੱਲੋਂ, ਪਿੰਡ ਖੇੜੀ, 98152 9359। ਯਾਰ ਤਾਂ ਫਿਰ ਚੱਲੇ ਕਿੱਧਰ? ਦਿਸ਼ਾ ਵੱਲ। ਕੀ ਗੱਲ, ਅੱਜ ਤੱਕ ਕਾਕਾ ਜੀ ਸਾਜਰੀ ਆ ਗਏ? ਕਮਾਲ ਹੀ ਹੋ ਗਿਆ। ਓਏ ਆ ਬਈ, ਬੜਾ ਕਪਾਹ ਦੇ ਫੁੱਲ ਵਾਂਗੂ ਖਿੜਿਆ ਹੁਣੇ, ਕੋਈ ਨਰਮਾ ਚੁਗਣ ਵਾਲੀ ਤਾਂ ਨਹੀਂ ਜੱਚ ਗਈ? ਤੁਸੀਂ ਦੋਵੇਂ ਮੇਰੇ ਵਿਆਹ ਦੀ ਫਿਕਰ ਕਰਦੇ ਰਹਿੰਦੇ ਹੋ, ਮੈਂ ਕਿਹਾ ਵਿਆਹ ਹੀ ਕਰਾ ਲੈਂਦੇ ਹਾਂ। ਸੱਚੀ ਰੁਪਿੰਦਰ, ਕਿਸੇ ਵੀ ਕੁੜੀ ਨਾਲ? ਕਿਸੇ ਕੁੜੀ ਨਾਲ ਨਹੀਂ ਮੋਮ, ਇੱਕ ਕੁੜੀ ਜਿਹਨੂੰ ਵੇਖਦੇ ਹੀ ਮੈਨੂੰ ਲੱਗਾ ਕਿ ਇਹ ਕਰੂ ਮੇਰੀ ਮਾਂ ਦੀ ਸੇਵਾ। ਉਹਦੇ ਮੱਥੇ ਤੇ ਲਿਖਿਆ ਬਈ ਇਹ ਸੱਸ ਦੀ ਸੇਵਾ ਕਰੂਗੀ। ਪੈਂਟਰ ਘੱਟ ਮਾਰਿਆ ਕਰ। ਰੁਪਿੰਦਰ ਜੇ ਕੁੜੀ ਤੈਨੂੰ ਪਸੰਦ ਹੈ ਨਾ ਤੇ ਮੈਨੂੰ ਵੀ ਪਸੰਦ ਹੈ। ਕੀ ਨਾਂ ਹੈ ਉਹਦਾ, ਕਿੱਥੇ ਦੀ ਹੈ? ਦਿਸ਼ਾ ਢਿੱਲੋਂ, ਡਾਕਟਰ ਦਿਲੀਪ ਸਿੰਘ ਢਿੱਲੋਂ, ਪਿੰਡ ਡਾਕਖਾਨਾ ਖੇੜੀ। ਆ ਨਾਲ ਪੇ ਲੈ ਬਈ ਸਰਦਾਰਨੀਏ, ਮੁੰਡੇ ਦੇ ਰੰਗ ਢੰਗ ਦੱਸ ਰਹੇ ਹੈ ਕਿ ਤੈਨੂੰ ਇਸੇ ਕੁੜੀ ਤੋਂ ਪਾਣੀ।